ਕੰਮ ਹੈ ਐਤਕੀ ਥੋੜ੍ਹਾ ਜਿਹਾ ਸਖਤ ਹੈ ਬਿਮਾਰੀ ਕਰਕੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਮੈਂ ਤੇ ਡੀ ਸਾਹਿਬ ਇਹਨਾਂ ਦੀਆਂ ਆੜ੍ਹਤੀਆਂ ਦੀਆਂ ਕਿਸਾਨਾਂ ਦੀਆਂ ਸੁਣਨ ਆਏ ਹਾਂ ਜਿਹੜੀ ਕੋਈ ਪ੍ਰੋਬਲਮ ਹੁੰਦੀ ਉਹਦਾ ਨਾਲ ਨਾਲ ਹੱਲ ਕਰ ਰਿਹਾ ਪਰ ਆਹਿਸਤਾ ਆਹਿਸਤਾ ਸਾਰਾ ਸਿਸਟਮ ਠੀਕ ਹੋ ਜਾਏਗਾ ਕੋਈ ਇਸ ਤਰ੍ਹਾਂ ਦੀ ਰਿਆਇਤ ਨਹੀਂ ਹੋ ਸਕਦੀ ਜਿਹੜੀ ਕਣਕ ਗਿੱਲੀ ਆਵੇਗੀ ਉਹ ਖਰਾਬ ਹੋ ਜਾਏਗੀ ਕਿਸਾਨਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਹਰ ਵੀਰ ਨੂੰ ਅਸੀਂ ਗਰੰਟੀ ਦਿੰਦੇ ਹਾਂ ਸਰਕਾਰ ਉਹਨਾਂ ਦਾ ਇੱਕ ਇੱਕ ਦਾਣਾ ਚੁੱਕੇਗੀ ਉਹ ਜਦੋਂ ਕਣਕ ਪੱਕਦੀ ਉਦੋਂ ਹੀ ਕੱਟਣ ਭਾਵੇਂ 2 ਮਹੀਨੇ ਸੀਜ਼ਨ ਚੱਲੇ ਕਣਕ ਦਾ ਦਾਣਾ ਇੱਕ ਇੱਕ ਚੁੱਕਣ